सत श्रीकाल जी, मैं ढाडा अपना धर्म जी डीपी तो तुम देखते पे हो जी। मेरा डीपी सी पंजाबी ते मैं तुहानू लैके आया जी इस टाइम नवे पिंड दे डेरियां दे विच जिहड़े कि थे बाबा बंदा सिंह बहादुर दे बिल्कुल नज़दीक डेरे ने उत्थे लैके आया मैं तुहानू। ते तुहानू दस दईए कि इत्थे बहुत ही सातर दिमाग दे नाल जिहड़ी चोरी होई है। रात सुते पे जिहड़े आ चोर कंध टप के अंदरली साइड तो आण के गेट दा पहला तां जिंदरा तोड़दे आ। मैं अपने कैमरामैन नूं कहांगा कि उह इस जगह नूं जरूर दिखाण भी ये थौड़िया दे नाल जां किहड़ी चीज़ दे नाल जिहड़ा आ इत्थे पहला जिंदरे तोड़े गए आ। गेट टप के जां कंध टप के चोर अंदर दाखल हुंदे आ ते उस तों बाद जिंदरा तोड़िया जांदा। जिंदरा तोड़न तों बाद जिहड़े चोर अंदर दाखल हुंदे आ ते घर वालिआं दे कहिण दे मुताबक इस साइड ते जिहड़ा आ गड्डी लगी हुई है, स्कूटी लगी हुई है, ये जिहड़ी स्कूटी भी लगी हुई है, स्कूटी दे नाल नाल इत्थे मोटरसाइकिल लग्गिया होइआ सी। मोटरसाइकिल जिहड़ा आ उह लै जांदे आ चोर, मोटरसाइकिल जिहड़ा लै जांदे आ। स्कूटी भी खड़न की कोशिश की गई पर तुहानूं दस दईए कि जिहड़ी स्कूटी है वह किसी कारण जिहड़ी है चोरां दे कोलों स्टार्ट नहीं हुंदी। जदों चोरां दे कोलों स्कूटी स्टार्ट नहीं हुंदी ते दस्सिया जा रहा कि चोरां ने वह स्कूटी जिहड़ी है इत्थे इस गली ते जिथे वह साडा मोटरसाइकिल लग्गिया होइआ इस जगह ते जिहड़ी है स्कूटी खड़ी कर दित्ती जांदी है ते चोर जिहड़े आ भज जांदे आ। अचानक जिहड़े आ घर वाले उठ जांदे आ, थोड़ी जी चोरां नूं शायद सरकराहट जिहड़ी महसूस ਹੋਈ ਹੋਵੇ ਤੇ ਉਸ ਤੋਂ ਬਾਅਦ ਜਿਹੜੇ ਚੋਰ ਭੱਜ ਜਾਂਦੇ ਆ। ਦੱਸਣਯੋਗ ਤੁਹਾਨੂੰ ਦੱਸ ਦਈਏ ਕਿ ਚੋਰਾਂ ਦੇ ਮੋਟਰਸਾਈਕਲ ਖੜਨ ਉਪਰੰਤ ਸਕੂਟੀ ਨੂੰ ਵੀ ਜ਼ੋਰ ਲਾ ਲਿਆ ਗਿਆ ਖੜਨ ਦੇ ਵਿੱਚ, ਨਾਲ ਦੀ ਨਾਲ ਗੱਡੀ ਦੀ ਚਾਬੀ ਵੀ ਹਥਿਆ ਲਈ ਗਈ ਅੰਦਰੋਂ ਤੇ ਦੱਸਿਆ ਜਾ ਰਿਹਾ ਆ ਭਾਈ ਸਾਹਿਬ ਵੱਲੋਂ ਵੀ ਗੱਡੀ ਨੂੰ ਵੀ ਚਾਬੀ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਗੱਡੀ ਦਾ ਜਿਹੜਾ ਹੈਂਡਲ ਹੈ, ਮੈਂ ਕਹਾਂਗਾ ਕੈਮਰਾਮੈਨ ਸਾਹਿਬ ਨੂੰ ਕਿ ਗੱਡੀ ਦਾ ਹੈਂਡਲ ਕਲੋਜ਼ ਕਰਕੇ ਦਿਖਾਇਆ ਜਾਏ ਕਿ ਜਿਹੜਾ ਹੈਂਡਲ ਹੈ ਇਹ ਤੋੜ ਦਿੱਤਾ ਗਿਆ ਆ। ਗੱਡੀ ਦਾ ਹੈਂਡਲ ਵੀ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ, ਜੇ ਗੱਡੀ ਦਾ ਹੈਂਡਲ ਖੁੱਲ੍ਹ ਜਾਂਦਾ ਤਾਂ ਹੋ ਸਕਦਾ ਵੀ ਇਹ ਗੱਡੀ ਵੀ ਚੋਰ ਜਿਹੜੇ ਆ ਲੈ ਜਾਂਦੇ। ਚੋਰਾਂ ਨੇ ਪੂਰੇ ਸਾਤਰ ਦਿਮਾਗ ਦੇ ਨਾਲ ਜਿਹੜਾ ਆ ਇੱਥੇ ਚੋਰੀ ਕੀਤੀ ਹੈ। ਘਰ ਦੇ ਵਿੱਚ ਮੋਟਰਸਾਈਕਲ ਚੁੱਕ ਲਿਆ ਗਿਆ, ਉਸ ਤੋਂ ਬਾਅਦ ਆ ਚੋਰ ਜਿਹੜੇ ਆ ਅੰਦਰ ਦਾਖਲ ਹੁੰਦੇ। ਤੁਹਾਨੂੰ ਅਸੀਂ ਅੰਦਰ ਲੈ ਕੇ ਚੱਲਦੇ ਹਾਂ, ਅੰਦਰ ਦਾਖਲ ਹੁੰਦੇ ਦੇਖੋ ਚੋਰਾਂ ਦੇ ਸਾਤਰ ਦਿਮਾਗ ਦੀ ਜਿਹੜੀ ਹੈ ਸਾਰੀ ਕਾਰਸਤਾਨੀ ਅਸੀਂ ਤੁਹਾਨੂੰ ਜਿਹੜੀ ਹੈ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਚੋਰ ਅੰਦਰ ਦਾਖਲ ਹੁੰਦੇ ਆ, ਚੋਰ ਜਦੋਂ ਅੰਦਰ ਦਾਖਲ ਹੁੰਦੇ ਆ ਕਹਿਣ ਤੋਂ ਭਾਵ ਤੁਹਾਨੂੰ ਦੱਸ ਦਈਏ ਕਿ ਇੱਥੇ ਫਰਿੱਜ ਲੱਗੀ ਹੋਈ ਹੈ। ਇਹ ਦੇਖੋ ਇਹ ਫਰਿੱਜ ਲੱਗੀ ਹੋਈ ਹੈ, ਇਸ ਫਰਿੱਜ ਦੇ ਉੱਤੇ ਸਿੱਕੂ ਪਿਆ ਹੋਇਆ। ਘਰ ਵਾਲਿਆਂ ਦੇ ਦੱਸਣ ਦੇ ਮੁਤਾਬਕ ਇਹ ਜਿਹੜਾ ਸਿੱਕੂ ਹੈ ਸਿੱਕੂ ਦੇ ਵਿੱਚੋਂ ਚਾਬੀਆਂ ਚੁੱਕੀਆਂ ਜਾਂਦੀਆਂ ਨੇ, ਚਾਬੀਆਂ ਚੁੱਕਣ ਤੋਂ ਬਾਅਦ ਗੱਡੀ ਨੂੰ ਲਾਇਆ ਜਾਂਦਾ, ਮੋਟਰਸਾਈਕਲ ਸਟਾਰਟ ਕਰਕੇ ਭਜਾ ਕੇ ਲੈ ਕੇ ਜਾਇਆ ਜਾਂਦਾ ਆ। ਘਰ ਵਾਲਿਆਂ ਨੇ ਦੱਸਿਆ ਕਿ ਇਹ ਜਿਹੜੀ ਜਗ੍ਹਾ ਆ ਇੱਥੇ ਇੱਥੇ ਪਈ ਹੋਈ ਸੀ ਸਟੋਰ ਦੀ ਚਾਬੀ, ਸਟੋਰ ਦੀ ਚਾਬੀ ਚੱਕੀ ਜਾਂਦੀ ਹੈ ਅਤੇ ਸਟੋਰ ਖੋਲ੍ਹਿਆ ਜਾਂਦਾ ਆ। ਘਰ ਵਾਲੇ ਇਸ ਰੂਮ ਦੇ ਵਿੱਚ ਸੁੱਤੇ ਹੋਏ ਸੀ, ਇਹ ਰੂਮ ਏਸੀ ਰੂਮ ਹੈ ਜਿੱਥੇ ਘਰ ਵਾਲੀ ਫੈਮਿਲੀ ਜਿਹੜੀ ਹੈ ਪੂਰੀ ਦੀ ਪੂਰੀ ਸੁੱਤੀ ਹੋਈ ਸੀ। ਚੋਰਾਂ ਨੇ ਇੱਥੋਂ ਚੱਕੀ ਚਾਬੀ ਅਤੇ ਨਾਲ ਦੇ ਸਟੋਰ ਦੇ ਵਿੱਚ ਬੰਦੇ ਕਿੰਨੀ ਸਾਤਰਤਾ ਦੇ ਨਾਲ ਜਿਹੜੇ ਚੋਰ ਆ ਅੰਦਰ ਦਾਖਲ ਹੋ ਜਾਂਦੇ ਆ। ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਅੱਗੇ ਆਇਆ ਜਾਏ। ਇਹ ਸਟੋਰ ਹੈ, ਤੁਹਾਨੂੰ ਦੱਸ ਦਈਏ ਵੀ ਸਟੋਰ ਦੇ ਵਿੱਚ ਜਿਹੜੀ ਗਾਰਡਰ ਲੰਬਾਰੀ ਹੈ, ਗਾਰਡਰ ਲੰਬਾਰੀ ਜਿਹੜੀ ਖੋਲ੍ਹ ਕੇ ਪੂਰਾ ਸਮਾਨ ਜਿਹੜਾ ਆ ਸਾਡੇ ਆਉਣ ਤੱਕ ਇਹਨਾਂ ਨੇ ਸਮੇਟ ਲਿਆ ਹੋਇਆ ਆ। ਇਹ ਜਿਹੜੀ ਗਾਰਡਰ ਲੰਬਾਰੀ ਦੇ ਵਿੱਚ ਕੁਝ ਪੈਸੇ ਵਗੈਰਾ ਪਏ ਹੋਏ ਸੀ ਜਿਹੜੇ ਕਿ ਲੈ ਕੇ ਜਿਹੜੇ ਚੋਰ ਨਿਕਲ ਜਾਂਦੇ ਆ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਡੇ ਨਾਲ ਹੀ ਘਰ ਦੇ ਜਿਹੜੇ ਮਾਲਕ ਨੇ ਉਹ ਖੜ੍ਹੇ ਨੇ ਅਤੇ ਆਪਾਂ ਗੱਲ ਕਰ ਲੈਂਦੇ ਹਾਂ ਕਿ ਇਹ ਸਾਰਾ ਕਾਰਨਾਮਾ ਕਿਵੇਂ ਹੋਇਆ ਅਤੇ ਕਿਸ ਤਰ੍ਹਾਂ ਹੋਇਆ, ਗੱਲ ਕਰ ਲੈਣੀ ਆ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ ਭਾਈ, ਕੀ ਨਾਮ ਹੈ ਆਪਣਾ? ਮੇਰਾ ਨਾਮ ਮੱਖਣ ਸਿੰਘ। ਮੱਖਣ ਜੀ, ਜਦੋਂ ਰਾਤ ਨੂੰ ਚੋਰ ਅੰਦਰ ਦਾਖਲ ਹੁੰਦੇ ਆ ਤੁਸੀਂ, ਤੁਹਾਡੇ ਦੱਸਣ ਦੇ ਮੁਤਾਬਕ ਤੁਸੀਂ ਉੱਧਰ ਸੁੱਤੇ ਪਏ ਸੀ, ਜਰਾ ਵੀ ਸਸਰਾਹਟ ਨਹੀਂ ਹੋਈ ਵੀ ਚੋਰ ਅੰਦਰ ਆ ਗਿਆ? ਨਹੀਂ, ਹਨੇਰੀ ਬਹੁਤ ਚੱਲਦੀ ਪਈ, ਲਾਈਟ ਬੰਦ ਹੋਣ ਦੇ ਨਾਲ ਅਸੀਂ ਉੱਠੇ ਹਾਂ ਵੀ ਇਨਵੇਟਰ ਦੇ ਪੱਖੇ ਚੱਲ ਰਹੇ ਆ ਅਤੇ ਬੰਦ ਕਰੀਏ, ਅਤੇ ਜਦੋਂ ਬਾਹਰ ਆਇਆ ਸਮਾਨ ਅਲਮਾਰੀ ਦਾ ਖਿਲਰਿਆ ਸੀ ਸਾਰਾ ਹੀ ਬਾਹਰ, ਉੱਧਰ ਵੀ ਖਿਲਰਿਆ, ਬੂਹੇ ਖੁੱਲ੍ਹੇ ਹੋਏ ਸੀ। ਜਦੋਂ ਤਾਂ ਅਸੀਂ ਬਾਹਰ ਜਾਣ ਕੇ ਕੋਸ਼ਿਸ਼ ਕੀਤੀ ਵੇਖਿਆ ਅਤੇ ਮੋਟਰਸਾਈਕਲ ਵੀ ਹੈ ਨਹੀਂ ਅਤੇ ਮੋਪੜ ਵੀ ਹੈ ਨਹੀਂ, ਅਤੇ ਜਦੋਂ ਅਸੀਂ ਰੌਲਾ ਪਿਆ ਇੱਥੇ ਘਰ 'ਚ ਫੋਨ ਕੀਤਾ ਆਂਢ ਗੁਆਂਢ ਵੀ ਸਾਡੇ ਚੋਰੀ ਹੋ ਗਈ ਹੈ ਅਤੇ ਮੋਪੜ ਬਾਹਰ ਸਟਾਰਟ ਹੀ ਛੱਡ ਗਏ। ਠੀਕ ਆ, ਮੋਟਰ ਬਾਹਰ ਜਿਹੜੀ ਮੋਪੜ ਆ ਉਹ ਬਾਹਰ ਲੱਗੀ ਰਹਿ ਗਈ ਅਤੇ ਮੋਟਰਸਾਈਕਲ ਲੈ ਕੇ ਚਲੇ ਗਏ। ਜਿਵੇਂ ਕਿ ਤੁਸੀਂ ਦੱਸ ਰਹੇ ਹੋ ਕਿ ਆਪਾਂ ਚੱਲਦੇ ਹਾਂ ਭਾਈ ਹੁਣ ਲੈ ਕੇ ਆ ਜਾਓ ਭਾਜੀ, ਤੁਸੀਂ ਗਾਰਡਰ ਲੰਬਾਰੀ ਦਾ ਹਾਲ ਦੇਖ ਲਿਆ ਕਿ ਗਾਰਡਰ ਲੰਬਾਰੀ 'ਚ ਜਿਹੜਾ ਸਮਾਨ ਤੇ ਨਾ ਸਾਂਭ ਦਿੱਤਾ ਹੋਇਆ, ਚੋਰ ਕਿੰਨੀ ਸਾਤਰਤਾ ਦੇ ਨਾਲ ਅੰਦਰ ਜਾਂਦੇ ਨੇ ਅਤੇ ਐਡਾ ਵੱਡੇ ਕਾਰਨਾਮੇ ਨੂੰ ਅੰਜਾਮ ਦੇ ਦਿੰਦੇ ਨੇ। ਜਿਵੇਂ ਕਿ ਭਾਈ ਨੇ ਦੱਸਿਆ ਕਿ ਮੋਟਰਸਾਈਕਲ ਲੈ ਗਏ ਨੇ, ਇਹ ਜਿਹੜਾ ਗੱਡੀ ਦਾ ਲੌਕ ਆ ਇਹ ਵੀ ਚੋਰਾਂ ਵੱਲੋਂ ਤੋੜਿਆ ਗਿਆ? ਇਹ ਉਹਨਾਂ ਚਾਬੀ ਅੰਦਰੋਂ ਲੈਣਤੀ ਗੱਡੀ ਦੀ ਅਤੇ ਇਹਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਆ। ਲਾਗ ਦੂਸਰਾ ਸੀ ਵੀ ਆਵਾਜ਼ ਨਾ ਆਵੇ ਟਿਕ ਟਿਕ ਦੀ, ਉਹ ਇੱਦਾਂ ਖਿੱਚਿਆ ਵਾ ਖੋਲ੍ਹਿਆ ਨਹੀਂ ਗਿਆ ਲਾਗ,
चाबी गड्डी दी लाके नाल चाबी नाल ही लाके नाल लाके इन्हां दे दसण मुताबक जिहड़ा आ गड्डी दी चाबी उन्होंने हथिया ली अंदरों पर लॉक नूं खोलण दी कोशिश की गई है जिहड़ा सेंटर लॉक लग्या हुंदा आ उहदे नाल नहीं खोलिया गया क्योंकि सेंटर लॉक नाल तां नहीं खोलिया गया कि टिक टिक दी कितें आवाज़ ना अंदर चली जाए तो कोई उठ ना पवे इन्हां ने की किया कि जिंदरे नूं जिहड़ा आ इहदा लॉक हुंदा आ उहनूं तोड़न की कोशिश की खोलण की पर गड्डी नहीं खुली इन्ने चिर च शायद तुसीं उठ पे अच्छा तुम दस दी कि तुम पहला दस रही मोटरसाइकिल उत्थे लगे पर भाजी होरी दस रहे भी मोटरसाइकिल जो पोर्च च इत्थे लग्या होया सीधी ही आप देख दे भी कि जाके अंदरली साइड से जोड़ा आ जाके पूरे जोर शोर के नाल अंदर जाया जाता है चोरों के वलों तो जाके चोरों ने की किया चाबी फ्रिज के उत्ते हथिया के मोटरसाइकिल लैके जाया गया आ मोपड स्टार नहीं होंगी तो गली के सड़ जाते हैं देखते पे हो भी गड्डी भी खोलन की कोशिश की गई है लॉक पूरी तरह जिहड़ा आ तोड़ दिता गया है गड्डी का भी हुण गड्डी की चाबी भी जिहड़ी है चोर नाल ही लै गए ने ते तुसीं इहदे बारे कोई रिपोर्ट जिहड़ी है किसे तरह की कराई है पुलिस रिपोर्ट की है सवेरे आए पुलिस वाले आण के ते कागजी कार्रवाई करके अच्छा उन्होंने कोई उन्होंने कोई टिप्पणी या कोई गलबात की हो किस तरह इर्द कार्रवाई बारे कार्रवाई वाले कोई गल कार्रवाई वाले कोई गलबात नहीं की जस्ट FIR हुई है FIR कर गए फिलहाल भाजी उन्होंने जी FIR जी करा दी है सवेरे पुलिस आण के जड़ा आ मौके का जायजा लै चुकी है साढ़े पहुँचन तक इन्होंने अपना समान तो संभाल लिया जी कि अंदर गार्डन लंबारी तुम दिखाई है अच्छा कैश कि लै गए गार्डन लंबारी चो कैश लगभग 31,000 रुपया गार्डन लंबारी दे दो मुंदरियां कत्ती हज़ार रुपया तो दो मुंदरियां जड़िया ने चोर अंदर स्टोर के वड़ के जड़ा लै जाते हैं किन्नी सातरता दे नाल जड़ा है चोरों ने इस चीज़ को अंजाम दिता है तो भाई साहब ने दसिया कि दो मुंदरी तो 31,000 रुपया एक मोटरसाइकिल चैकबुक ATM ते चेकबुक ATM PNB चेकबुक PNB बैंक की ठीक है वह भी नाल ही लै गया दसिया जा रहा भी चैकबुक भी ना लैके जाया ज गया आ नाल दी नाल जिहड़ा ATM भी लै गया जे तो इस तरह की कोई कार्रवाई होंगी है कि ATM तो पैसे कढ़े जाते हैं कितने कढ़े जाते हैं किस तरह कढ़े जाते हैं शायद इस चीज़ के नाल जिहड़े आ चोर आने वाले समय से ट्रेस हो सकते हैं बाकी जिहड़ी सातरता दे नाल चोरों ने काम किया तुहानूं किसी दे उत्ते शक क्योंकि जिस तरह तुसीं दस रहे हो कि गार्डन बारी तो चाबी चुकी गद्दी दे थल्ले जाके चाबी कढ़ी ये तो कोई जानकारी इन चीज़ों अंजाम दे सकदा तुहानूं किसी ते कोई शक जां कोई आया गया इस तरह का बंदा हो नहीं कोई आया गया नहीं दो तीन दिन हो गया कहते शक भी नहीं कोई की कह दिया कोई दो चार दिन दस दिन पहला कोई इस तरह जेड़ा कोई आंदा गली है हुण गली च कई बार आउंदे फेरी वाले भी आउंदे आ चोरी दा अंजाम देने दे नाल नाल मैं अपने कैमरामैन नूं कहांगा भी आपां अगे चलदे आ दूसरे घर दे विच वी चलदे आ जिथे कि जिहड़ा आ गेट जिहड़ा तोड़ दिता गया आ गेट नूं जिहड़ा उन्हां ने अपना जो भी संद बंद आ पाया तो संद बंद पाउण तों बाद जिहड़ा गेट पूरी तरह जिहड़ा आ तोड़ दिता गया आ आपां तुहानूं ओह वी दिखाउण दी कोशिश करने आ एक रात दे विच जिहड़ियां ने दो चोरियां नूं अंजाम देण दी कोशिश की गई एक जगह तो वह सफल हो जाते हैं दूजी जगह तो शायद सफल नहीं होंगी मैं अपने कैमरामैन नूं कहांगा कि यह भी दिखाया जाए ये देखो गेट नूं शायद कोई राड जां कोई किसी तरह की कोई गलबात करके ते गेट नूं जिहड़ा तोड़न की कोशिश की गई है यह गेट नूं जिहड़ा आ पूरी तरह जिहड़ा आ अपने वल्लों उन्होंने तोड़ दिता शायद इहदी सरसराहट ज़्यादा हो गई तो इत्थे भी शायद घर वाले उठ पे होणगे जिहदे करके जिहड़ा आ इह गेट दे अंदर दी जिहड़ी किसी तरह की कोई उन्हां नूं नहीं कर सके इत्थे जिहड़ी इह चोरी होण तों शायद बचा हो गया आ पर जिहड़ी वड्डी चोरी है वह उत्थे हो जाती है जिथे कि एक मोटरसाइकिल नाल दी नाल जिहड़ी स्कूटी नूं विखड़न की कोशिश की गई नाल दी नाल तुहानूं दस दईए कि गड्डी की चाबी भी जिहड़े आ चोर लैके जा चुके ने मैं तुहाडा अपना धर्मजीत DP कैमरामैन गुरबचन सिंह DPC पंजाबी धन्नवाद।